ਚੰਡੀਗੜ੍ਹ ਪੁਲਿਸ ਦੀ ਮੌਲੀ ਜਾਗਰਾ ਥਾਣਾ ਨੇ ਬੰਦੂਕ ਦੀ ਨੋਕ ਤੇ ਲੁੱਟਖੋ ਕਰਨ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਮੌਲੀ ਜਾਗਰਾ ਪੰਚਕੂਲਾ ਬਲਟਾਣਾ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣਾ ਦੇ ਏਰੀਆ ਦੇ ਵਿੱਚ ਕਾਫੀ ਐਕਟਿਵ ਹੈ। ਦੱਸਿਆ ਜਾ ਰਿਹਾ ਕਿ ਇੱਕ ਗੈਂਗ ਅਭਿਆਸ ਉਸ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜੋ ਕਿ ਪਿਛਲੇ ਦਿਨਾਂ ਕਾਫੀ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਬੰਦੂਕ ਦੀ ਨੋਕ ਤੇ ਇਹਨਾਂ ਵੱਲੋਂ ਮਨੀ ਟ੍ਰਾਂਸਫਰ ਦੇ ਜਿਹੜੇ ਮਾਲਿਕ ਨੇ ਉਹਨਾਂ ਤੋਂ ਲੱਖਾਂ ਦੀ ਲੁੱਟ ਕੀਤੀ ਗਈ। ਉਸ ਤੋਂ ਬਾਅਦ ਘਰ ਦੇ ਬਾਹਰ ਖੜੇ ਇੱਕ ਸ਼ਖਸ ਦੇ ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸੇ ਮਹੀਨੇ ਜੇ ਆਪਾਂ ਗੱਲ ਕਰੀਏ 4 ਤੋਂ 5 ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਪੰਚਕੂਲਾ ਪੰਜਾਬ ਦੀ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀਗੀ, ਲੇਕਿਨ ਮੌਲੀ ਜਾਗਰਾ ਥਾਣਾ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਤੇ ਇਹਨਾਂ ਕੋਲੋਂ ਦੇਸੀ ਕੱਟਾ, ਜਿੰਦਾ ਕਾਰਤੂਸ, 35,000 ਕੈਸ਼ ਜਿਹੜਾ ਬਰਾਮਦ ਕੀਤਾ ਤੇ ਪੁੱਛਗਿੱਛ ਚ ਕਈ ਖੁਲਾਸੇ ਹੋਏ ਨੇ ਕਿ ਪਿਛਲੇ ਦਿਨਾਂ ਕਈ ਵਾਰਦਾਤਾਂ ਹੋਈ, ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਲੁੱਟਖੋ ਹੋਈ, ਉਹ ਸਾਰੀ ਵਾਰਦਾਤਾਂ 'ਚ ਇਹ ਸ਼ਾਮਿਲ ਰਹੇ ਨੇ। ਹਾਲਾਂਕਿ ਹੁਣ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਕਿ ਇੱਕ ਪੂਰਾ ਇਹ ਨੈਕਸਸ ਹੈ, ਪੂਰਾ ਗਿਰੋਹ ਹੈ ਜੋ ਕਿ ਪੰਚਕੂਲਾ ਦੇ ਵਿੱਚ, ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਕਾਫੀ ਐਕਟਿਵ ਸੀ ਔਰ ਦੇਰ ਰਾਤ ਬੰਦੂਕ ਦੀ ਨੋਕ ਤੇ ਲੋਕਾਂ ਨੂੰ ਲੁੱਟਖੋ ਕਰਦਾ ਸੀਗਾ, ਉਹਨਾਂ ਨਾਲ ਕੁੱਟਮਾਰ ਕਰਕੇ ਪੈਸੇ ਖੁੰਦਾ ਸੀਗਾ, ਸਮਾਨ ਖੁੰਦਾ ਸੀਗਾ। ਹਾਲਾਂਕਿ ਪੁਲਿਸ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੂਗੀ। ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਗੈਂਗ ਦੇ ਨਾਲ ਸੰਬੰਧਿਤ ਜਿਹੜੀ ਹੈ ਉਹਦੇ ਵਿੱਚ ਹੋਣ ਦੀ ਉਮੀਦ ਹੈ ਔਰ ਕਿਹੜਾ ਕੌਣ ਇਹਦਾ ਗੈਂਗ ਚਲਾ ਰਿਹਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਪੁਲਿਸ ਦੀ ਮੌਲੀ ਜਾਗਰਾ ਥਾਣਾ ਨੇ ਬੰਦੂਕ ਦੀ ਨੋਕ ਤੇ ਲੁੱਟਖੋ ਕਰਨ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਮੌਲੀ ਜਾਗਰਾ ਪੰਚਕੂਲਾ ਬਲਟਾਣਾ ਪੰਜਾਬ ਦੇ ਏਰੀਆ ਦੇ ਵਿੱਚ ਹਰਿਆਣਾ ਦੇ ਏਰੀਆ ਦੇ ਵਿੱਚ ਕਾਫੀ ਐਕਟਿਵ ਹੈ। ਦੱਸਿਆ ਜਾ ਰਿਹਾ ਕਿ ਇੱਕ ਗੈਂਗ ਅਭਿਆਸ ਉਸ ਗੈਂਗ ਦੇ ਇਹ ਗੁਰਗੇ ਦੱਸੇ ਜਾ ਰਹੇ ਨੇ ਜੋ ਕਿ ਪਿਛਲੇ ਦਿਨਾਂ ਕਾਫੀ ਲੁੱਟਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਬੰਦੂਕ ਦੀ ਨੋਕ ਤੇ ਇਹਨਾਂ ਵੱਲੋਂ ਮਨੀ ਟ੍ਰਾਂਸਫਰ ਦੇ ਜਿਹੜੇ ਮਾਲਿਕ ਨੇ ਉਹਨਾਂ ਤੋਂ ਲੱਖਾਂ ਦੀ ਲੁੱਟ ਕੀਤੀ ਗਈ। ਉਸ ਤੋਂ ਬਾਅਦ ਘਰ ਦੇ ਬਾਹਰ ਖੜੇ ਇੱਕ ਸ਼ਖਸ ਦੇ ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸੇ ਮਹੀਨੇ ਜੇ ਆਪਾਂ ਗੱਲ ਕਰੀਏ 4 ਤੋਂ 5 ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਪੰਚਕੂਲਾ ਪੰਜਾਬ ਦੀ ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀਗੀ, ਲੇਕਿਨ ਮੌਲੀ ਜਾਗਰਾ ਥਾਣਾ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਦੇਸੀ ਕੱਟਾ, ਜਿੰਦਾ ਕਾਰਤੂਸ, 35,000 ਕੈਸ਼ ਜਿਹੜਾ ਬਰਾਮਦ ਕੀਤਾ ਤੇ ਪੁੱਛਗਿੱਛ ਕਈ ਖੁਲਾਸੇ ਹੋਏ ਨੇ ਕਿ ਪਿਛਲੇ ਦਿਨਾਂ ਕਈ ਵਾਰਦਾਤਾਂ ਹੋਈ, ਬੰਦੂਕ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਲੁੱਟਖੋ ਹੋਈ, ਉਹ ਸਾਰੀ ਵਾਰਦਾਤਾਂ 'ਚ ਇਹ ਸ਼ਾਮਿਲ ਰਹੇ ਨੇ। ਹਾਲਾਂਕਿ ਹੁਣ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਕਰਦੇ ਨਜ਼ਰ ਆ ਰਹੇ ਨੇ ਕਿ ਇੱਕ ਪੂਰਾ ਇਹ ਨੈਕਸਸ ਹੈ, ਪੂਰਾ ਗਿਰੋਹ ਹੈ ਜੋ ਕਿ ਪੰਚਕੂਲਾ ਦੇ ਵਿੱਚ, ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਕਾਫੀ ਐਕਟਿਵ ਸੀ ਔਰ ਦੇਰ ਰਾਤ ਬੰਦੂਕ ਦੀ ਨੋਕ ਤੇ ਲੋਕਾਂ ਨੂੰ ਲੁੱਟਖੋ ਕਰਦਾ ਸੀਗਾ, ਉਹਨਾਂ ਨਾਲ ਕੁੱਟਮਾਰ ਕਰਕੇ ਪੈਸੇ ਖੁੰਦਾ ਸੀਗਾ, ਸਮਾਨ ਖੁੰਦਾ ਸੀਗਾ। ਹਾਲਾਂਕਿ ਪੁਲਿਸ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰੂਗੀ। ਹੋਰ ਵੀ ਕਈ ਵੱਡੇ ਖੁਲਾਸੇ ਇਸ ਪੂਰੇ ਗੈਂਗ ਦੇ ਨਾਲ ਸੰਬੰਧਿਤ ਜਿਹੜੀ ਹੈ ਉਹਦੇ ਵਿੱਚ ਹੋਣ ਦੀ ਉਮੀਦ ਹੈ ਔਰ ਕਿਹੜਾ ਕੌਣ ਇਹਦਾ ਗੈਂਗ ਚਲਾ ਰਿਹਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।